ਅੰਦਰ ਜਿਹੜਾ ਇਹ ਖੋਖਾ ਹੈਗਾ ਇਹ ਕਿੱਥੇ ਕਰਕੇ ਹੈਗਾ? ਇਹ ਕਮਲ ਹਸਪਤਾਲ ਦੇ ਅਗਲੇ ਪਾਸੇ ਜਲੰਧਰ ਰੋਡ ਤੇ। ਕਿਹਦੇ ਨਾਂ ਤੇ ਆ? ਇਹ ਪੰਜਾਬੀ ਟੀ ਸਟਾਲ। ਹਾਂਜੀ ਅੰਕਲ ਜੀ, ਕੀ ਨਾਂ ਜੀ? ਹਰਭਜਨ ਸਿੰਘ। ਹਰਭਜਨ ਸਿੰਘ ਜੀ, ਕੀ ਗੱਲਬਾਤ ਹੋਈ ਆ? ਮੈਂ ਜੀ ਰਾਤ ਐਤਵਾਰ ਰਾਤ ਨੂੰ 12-1 ਵਜੇ ਨਾਲ ਕਰਕੇ ਲੈ ਗਏ ਸਾਰਾ ਸਮਾਨ ਚੁੱਕ ਚੱਕ ਕੇ ਚੋਰੀ ਕਰਕੇ, ਅਸੀਂ ਤਾਂ ਸਵੇਰੇ ਆ ਕੇ ਸੰਭਾਲਿਆ। ਜਦੋਂ ਵੇਖਿਆ ਤਾਂ ਸਾਰਾ ਪਿੱਛੋਂ ਚਾਦਰ ਜੀ ਇਕੱਠੀ ਕੀਤੀ, ਉਹਦੇ ਅੰਦਰ ਵੜ ਕੇ ਖੋਖੇ ਦੇ ਸਾਰਾ ਸਮਾਨ ਲੈ ਗਏ, ਟੋਟਲੀ ਲੈ ਗਏ। ਕਾਹਦੀ ਦੁਕਾਨ ਸੀਗੀ ਤੁਹਾਡੀ, ਕਾਹਦਾ ਖੋਖਾ ਸੀ? ਚਾਹ ਦਾ। ਅੱਛਾ, ਕੀ ਸੀਗਾ ਤੁਹਾਡੇ ਕੋਲ ਹੁੰਦਾ ਇਹ? ਫਰਿੱਜ ਸਾਰਾ ਠੰਡੇ ਭਰੇ ਸੀ, ਕੋਕ ਲਿਮਕਾ ਜੋ ਵੀ ਹੈ, ਅਤੇ 2-3 ਪੇਟੀਆਂ 2-2 ਲੀਟਰ ਵਾਲੀਆਂ ਬਾਹਰ ਵੀ ਪਈਆਂ, ਅਤੇ ਬਾਕੀ ਲੇਜ ਕੁਰਕਰਿਆਂ ਦੇ ਕਾਊਂਟਰ ਦੋਵੇਂ ਬਿਸਕੁਟਾਂ ਦੇ ਵੀ, ਅਤੇ ਲੇਜ ਕੁਰਕਰਿਆਂ ਦੇ ਗੈਸ ਚੁੱਲ੍ਹਾ ਸਿਲੰਡਰ ਭੱਠੀ ਜਿੱਥੇ ਬ੍ਰੈਡ ਬਣਾਉਂਦੇ ਹਨ ਸਾਰਾ ਕੁਝ। ਟੋਟਲ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਟੋਟਲ ਹੈ ਹੀ ਹੈ 26-27 ਹਜ਼ਾਰ। 26-27 ਹਜ਼ਾਰ ਦਾ? ਪੁਲਿਸ ਨੂੰ ਕੰਪਲੇਂਟ ਕੀਤੀ ਇਹਦੀ? ਗਏ ਥਾਂ ਕੋਈ ਆਇਆ ਹੀ ਨਹੀਂ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਇਹੀ ਕਰ ਰਹੇ ਵੀ ਜਿਹੜਾ ਲੈ ਗਿਆ ਸਾਨੂੰ ਪਤਾ ਲੱਗੇ ਵੀ ਕੌਣ ਹੈ ਕੌਣ ਨਹੀਂ।